ਸਿੱਖ ਕੌਮ ਦੇ ਮਹਾਨ ਜਰਨੈਲ, ਇਤਿਹਾਸ ਵਿੱਚ ਅਦੁੱਤੀ ਮਿਸਾਲ, ਜਿਹਨੂੰ ਕਿ ਸਿੱਖ ਇਤਿਹਾਸ ਵਿੱਚ ਗੁਰੂ ਕਾ ਬੇਟਾ ਹੋਣ ਦਾ ਮਾਣ ਹਾਸਿਲ ਹੈ, ਅਨੋਖੇ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਜੀਠਾ ਵਿੱਚ ਬੜੇ ਹੀ ਸ਼ਰਧਾ ਉਤਸ਼ਾਹ ਅਤੇ ਭਾਵਨਾ ਪੂਰਵਕ ਮਨਾਇਆ ਗਿਆ। ਅਤੇ ਇਸ ਵਿੱਚ ਖਾਸੀਅਤ ਇਹ ਰਹੀ ਕਿ ਗੁਰੂ ਕੇ ਲੰਗਰ ਚੱਲੇ, ਗੁਰੂ ਕੇ ਕੀਰਤਨ ਹੋਏ, ਅਤੇ ਜਿਹੜੀ ਮਜ਼ੇਦਾਰ ਗੱਲ ਸੀ, ਇਸ ਪਵਿੱਤਰ ਮੌਕੇ 'ਤੇ ਬੀਬੀਆਂ ਦੇ ਸਮੂਹਿਕ ਆਨੰਦ ਕਾਰਜ ਵੀ ਕੀਤੇ ਗਏ। ਅਤੇ ਇਹਨਾਂ ਨਵੇਂ ਵਿਆਹਿਆਂ ਨੂੰ, ਧੀਆਂ ਧਿਆਣੇ ਨੂੰ ਆਸ਼ੀਰਵਾਦ ਦੇਣ ਲਈ ਹਲਕਾ ਮਜੀਠਾ ਤੋਂ ਕਾਂਗਰਸ ਦੇ ਇੰਚਾਰਜ ਸਰਦਾਰ ਜਗਵਿੰਦਰਪਾਲ ਸਿੰਘ ਜੱਗਾ ਜੀ ਉਚੇਚੇ ਤੌਰ 'ਤੇ ਪਹੁੰਚੇ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਅਤੇ ਉਹਨਾਂ ਦੇ ਨਾਲ ਸਰਦਾਰ ਸਤਿੰਦਰ ਸਿੰਘ ਜੀ ਸ਼ਾਹ, ਕਾਬਲ ਸਿੰਘ ਗਿੱਲ ਮਜੀਠਾ, ਜਗਦੀਪ ਸਿੰਘ ਜੀ ਗੋਗਾ, ਸਰਦਾਰ ਮੁਖਤਾਰ ਸਿੰਘ ਜੀ ਸਾਬਕਾ ਕੌਂਸਲਰ, ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਧੀਆਂ ਧਿਆਣੀਆਂ ਨੂੰ ਆਸ਼ੀਰਵਾਦ ਦਿੱਤੇ ਅਤੇ ਕਿਹਾ ਕਿ ਇਸ ਕੜੀ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ, ਹਰ ਸਾਲ ਇਸੇ ਤਰ੍ਹਾਂ ਬਾਬਾ ਜੀ ਦਾ ਅਵਤਾਰ ਦਿਹਾੜਾ ਹੋਵੇ ਜਾਂ ਸ਼ਹੀਦੀ ਦਿਹਾੜਾ ਹੋਵੇ, ਪੂਰੀ ਧੂਮਧਾਮ ਦੇ ਨਾਲ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਮਜੀਠਾ ਵਿਖੇ ਮਨਾਇਆ ਜਾਵੇਗਾ।